ਹੋਰ ਸੁਣਾ ਵੀ ਲਵਯੂ ਕੀ ਹਾਲ ਚਾਲ ਜੈ ਹਿੰਦ ਜਨਾਬ ਜੈ ਹਿੰਦ ਜੈ ਹਿੰਦ ਕੀ ਹਾਲ ਨੇ ਸਰ ਮੈਂ ਤੇ ਠੀਕ ਹਾਂ ਤੂੰ ਸੁਣਾ ਸਰ ਮੈਂ ਬਹੁਤ ਵਧੀਆ ਲੱਕੜ ਕੱਚੀ ਨਿਕਲੀ ਹੈ ਲੱਕੜ ਕੱਚੀ ਨਿਕਲੀ ਵਾਹ ਜੀ ਵਾਹ ਕੱਚੀ ਨਿਕਲੀ ਸੀ ਤਾਂ ਸਿਰ 'ਚ ਮਾਰ ਲੈਣੀ ਸਰ ਤੇਰਾ ਵੀ ਮੂੰਹ ਬਹੁਤਾ ਕੋਈ ਪੱਕਾ ਨਹੀਂ ਹੈਗਾ ਸਰ ਇਹ ਮੇਰਾ ਵੀ ਕਸੂਰ ਹੈ ਕੀ ਕਿ ਲੱਕੜ ਕੱਚੀ ਨਿਕਲੀ ਤੇ ਤੂੰ ਆਰੇ ਤੇ ਲੈਣ ਕੀ ਗਈ ਸੀ ਫਿਰ ਜੇ ਲੱਕੜ ਕੱਚੀ ਨਿਕਲੀ ਸਰ ਉਹ ਛੱਡੋ ਤੂੰ ਲੱਕੜ ਲਈ ਕਿੱਥੋਂ ਆ ਇਹ ਵਾਲੀ ਸਰ ਮੈਂ ਟਾਲ ਤੋਂ ਲਿੱਤੀ ਸੀਗੀ ਬੇਟਾ ਕੀੜੇ ਲੱਗੀ ਹੋਈ ਲੱਕੜ ਵਰਗਾ ਮੂੰਹ ਆ ਤੇਰਾ ਸਰ ਥੈਂਕ ਯੂ ਹੈ ਥੈਂਕ ਯੂ ਤੇ ਤੈਨੂੰ ਕੀੜੇ ਵਰਗੀ ਕਿਹਾ ਤਾਂ ਕਰਕੇ ਕਿ ਲੱਕੜ ਵਰਗਾ ਮੂੰਹ ਤਾਂ ਸਰ ਜੋ ਵੀ ਹੈ ਤੁਹਾਡੇ ਮੂੰਹ 'ਚ ਮੈਨੂੰ ਤਾਰੀਫ ਹੀ ਲੱਗਦੀ ਹੈ ਸਰ ਵੈਸੇ ਤੁਹਾਡੇ ਵਾਸਤੇ ਨਾ ਇੱਕ ਸਰਪ੍ਰਾਈਜ਼ ਹੈ ਅੱਜ ਮੇਰੇ ਲਈ ਸਰਪ੍ਰਾਈਜ਼ ਹਾਂ ਵੈਸੇ ਇੱਕ ਚੰਗੀ ਗੱਲ ਵੈਸੇ ਆਈ ਲਾਈਕ ਸਰਪ੍ਰਾਈਜ਼ਸ ਹਾਂ ਕੀ ਸਰਪ੍ਰਾਈਜ਼ ਹੈ ਸਰ ਸਰਪ੍ਰਾਈਜ਼ ਦੇ ਵਿੱਚ ਪਹਿਲਾਂ ਇੱਕ ਗੱਲ ਇਦਾਂ ਹੈ ਸਿਰਫ ਮੇਰੇ ਲਈ ਹੈ ਜਾਂ ਕਿਸੇ ਹੋਰ ਲਈ ਵੀ ਹੈ ਹੋਰ ਹੈ ਸਰ ਦਰਸ਼ਕਾਂ ਵਾਸਤੇ ਵੀ ਹੈ ਦਰਸ਼ਕਾਂ ਵਾਸਤੇ ਵੀ ਬਿਲਕੁਲ ਸਰ ਐਸਾ ਕਿਹੜਾ ਸਰਪ੍ਰਾਈਜ਼ ਤੇ ਵੈਸੇ ਤੂੰ ਹੀ ਜਦੋਂ ਇੱਥੇ ਆ ਗਈ ਤੇਰੇ ਤੋਂ ਬਾਅਦ ਕਿਹੜਾ ਸਰਪ੍ਰਾਈਜ਼ ਆ ਗਿਆ ਹੁਣ ਸਰ ਪਹਿਲਾਂ ਗੱਲ ਇਦਾਂ ਹੈ ਇੱਕ ਤਾਂ ਚੰਗੀ ਖਬਰ ਹੈ ਇੱਕ ਹੈਗੀ ਬੁਰੀ ਤੇ ਤੁਸੀਂ ਦੱਸੋ ਵੀ ਪਹਿਲਾਂ ਕਿਹੜੀ ਸੁਣਾਵਾਂ ਦੇਖ ਬੇਟਾ ਜਦੋਂ ਮੈਂ ਆਂਦੇ ਇਸ ਦਫ਼ਤਰ ਦੇ ਵਿੱਚ ਤੇਰੀ ਸ਼ਕਲ ਦੇਖ ਲਈ ਉਦੋਂ ਮੈਨੂੰ ਲੱਗਾ ਬੁਰੀ ਦਾ ਅਹਿਸਾਸ ਤੇ ਮੈਨੂੰ ਉਦੋਂ ਹੀ ਹੋ ਗਿਆ ਸੀ ਤੂੰ ਚੰਗੀ ਦੀ ਸ਼ੁਰੂਆਤ ਕਰ ਪੁੱਤਰ ਉਹ ਮੈਨੂੰ ਅੱਛੀ ਲੱਗੇਗੀ ਸਰ ਚੰਗੀ ਖਬਰ ਇਹ ਹੈ ਕਿ ਮੈਂ ਜਾ ਰਹੀ ਹਾਂ ਕੀ ਕਿਹਾ ਮੈਂ ਜਾ ਰਹੀ ਹਾਂ ਕਿੱਥੇ ਜਾ ਰਹੀ ਹਾਂ ਸਰ ਬਸ ਤੂੰ ਜਾ ਰਹੀ ਹੈ ਤੇ ਬੁਰੀ ਖਬਰ ਕੀ ਹੈ ਸਰ ਬੁਰੀ ਖਬਰ ਇਹ ਹੈ ਕਿ ਦੀਦੀ ਆ ਰਹੇ ਨੇ ਮਤਲਬ ਲਵ ਯੂ ਆ ਰਹੀ ਹੈ ਬਿਲਕੁਲ ਜੇਲਾ ਵਿੱਚੋਂ ਫੋਨ ਆਉਣਗੇ ਨਾਣਾ ਪਰਖੀ ਤੂੰ ਪਹੁੰਚ ਜੱਟ ਦੀ ਅੱਛਾ ਜੇਲਾ ਵਿੱਚੋਂ ਫੋਨ ਆਣਗੇ ਨਾ ਪਰਖੀ ਨਾ ਪਹੁੰਚ ਜੱਟ ਦੀ ਜੀ ਮੋਬਾਈਲ ਹੈ ਜੇ ਤੂੰ ਲੈਣਾ ਹੈ ਤਾਂ ਜੇਲਾ 'ਚ ਕਿੱਥੋਂ ਫੋਨ ਆਣੇ ਤੈਨੂੰ ਮੈਂ ਮਾਰਿਆ ਮਾਰਿਆ ਤੈਨੂੰ ਇਹ ਕਿ ਤੈਨੂੰ ਵਾਈਫਾਈ ਜਾਣ ਡਿਆ ਜਿਹੜਾ ਤੂੰ ਤੈਨੂੰ ਦਰਦ ਹੋਣੀ ਸ਼ੁਰੂ ਹੋ ਗਈ ਹੈ ਮੈਂ ਕਿਸੇ ਵੀ ਪੁੱਤਰ ਹੁਣ ਮੈਨੂੰ ਮਨਾ ਕੀਤਾ ਹੋਇਆ ਹੁਣ ਮੈਂ ਇਸ ਕਰਕੇ ਨੇ ਕੁੱਟਣਾ ਤੈਨੂੰ ਤੇ ਮਤਲਬ ਮੈਂ ਡਰਾਂ ਨਾ ਜੀ ਨਹੀਂ ਨਹੀਂ ਪੁੱਤਰ ਤੂੰ ਡਰ ਕਿਉਂਕਿ ਬ੍ਰੇਕਾਂ ਦੇ ਵਿੱਚ ਨਹੀਂ ਉਹਨਾਂ ਨੇ ਦੇਖਣਾ ਉਹਦੀਆਂ ਉਹਦੇ 'ਚ ਮੈਂ ਤੇਰੀਆਂ ਐਸੀਆਂ ਬ੍ਰੇਕਾਂ ਲਵਾਉਣੀਆਂ ਨੇ ਤਾਂ ਤੂੰ ਯਾਦ ਕਰੇਗਾ ਬਕਵਾਸ ਕਰਨ ਇੰਨੀ ਜ਼ਰੂਰੀ ਕੋਈ ਗੱਲ ਦੱਸਣ ਦੀ ਉਹ ਬੇਵਕੂਫ ਲਵ ਯੂ ਆ ਗਈ ਹੈ ਮੇਰੇ ਬਗੈਰ ਜ਼ਰੂਰੀ ਗੱਲ ਕਿਹੜੀ ਹੋ ਸਕਦੀ ਹੈ ਪੁੱਛ ਲੈ ਹਾਂ ਕੀ ਦੱਸ ਰਹੀ ਹੈ ਲਵ ਯੂ ਦੀਦੀ ਆ ਚੁੱਕੇ ਨੇ ਲੈਂਡ ਕਰ ਚੁੱਕੇ ਨੇ ਲੈਂਡ ਕਰ ਚੁੱਕੇ ਆ ਕਿੱਥੋਂ ਦੀ ਉਹ ਤਾਂ ਰਕਸ਼ਾ ਚਲਾਉਂਦੇ ਲੈਂਡ ਕਰਨ ਦੀ ਕੀ ਲੋੜ ਹੈ ਦੀਦੀ ਬਾਏ 에ਅਰ ਆ ਰਹੇ ਨੇ ਹਾਂ ਦੀਦੀ ਬਾਏ 에ਅਰ ਆਈ ਹੈ ਬਿਲਕੁਲ ਬਾਏ 에ਅਰ ਓਹੋ ਬੇਟਾ ਬੱਸ ਚ ਅੰਦਰ ਜਗ੍ਹਾ ਨਹੀਂ ਹੋਣੀ ਤੇ ਉੱਤੇ ਨਹੀਂ ਬਹਿ ਜਾਂਦੇ ਉਹ ਸਮਾਨ ਦੇ ਉੱਤੇ ਕੋਠੇ ਤੇ ਮਤਲਬ ਬੱਸ ਦੇ ਕੋਠੇ ਤੇ ਕੋਠਾ ਤੇਰੀ ਕਿਹੜੀ ਤਾਈ ਨੇ ਪਾਈ ਹੈ ਬੱਸ ਤੇ 3 ਮੰਜ਼ਲੀ ਕੋਠੀ ਬੱਸ ਦੀ ਛੱਤ ਤੇ ਹੈ ਛੱਤ ਤੇ ਆਹੋ ਤੇ ਉਹਨੂੰ ਓਨ 에ਅਰ ਕਹਿੰਦੇ ਆ ਤੇ ਕੋਠਾ ਹੀ ਹੋਇਆ ਜੀ ਉਹ ਤਾਂ ਦੇਖਿਆ ਨਹੀਂ ਕਿਤੇ ਦਰੇਕ ਦੀ ਪਤਲੀ ਟਾਣੀ ਵੱਜ ਕੇ ਮੂੰਹ ਤੇ ਮੂੰਹ ਵੀ ਉਹਦੇ ਵਰਗਾ ਹੋਇਆ ਤੇ ਤਾਂ ਕਰਕੇ ਬਾਈ ਉਹ ਇੰਡੀਆ ਆ ਗਈ ਹੈ ਤੇ ਇੱਥੇ ਕਿਉਂ ਨਹੀਂ ਆਈ ਫਿਰ ਸਰ ਬਸ ਨਾਲੇ ਮੈਨੂੰ ਇੱਕ ਗੱਲ ਦੱਸ ਤੂੰ ਕਿਉਂ ਜਾ ਰਹੀ ਹੈ ਤੂੰ ਜਾ ਰਹੀ ਹੈ ਯਾਰ ਇਹ ਸੱਚੀ ਇਹ ਕਨਫਿਊਜ਼ਨ ਵਾਲੀ ਗੱਲ ਹੈ ਸਮਝ ਨਹੀਂ ਆਈ ਲਵ ਯੂ ਟੂ ਇੱਕਦਮ ਹੀ ਡੀਐਸਪੀ ਸਾਹਿਬ ਦਾ ਵੀ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਉਹ ਨਹੀਂ ਹੋਇਆ ਕੋਈ ਤੇ ਜੇ ਆ ਗਈ ਹੈ ਤਾਂ ਫਿਰ ਹੈ ਕਿੱਥੇ ਆ ਉਹਨੂੰ ਫੋਨ ਕਰਨਾ ਹੀ ਸਰ ਦੀਦੀ ਬਸ ਰਸਤੇ 'ਚ ਹੀ ਹੋਣੇ ਬਸ ਤਿਆਰ ਹੋ ਕੇ ਆ ਰਹੇ ਹੋਣੇ ਨਾ ਅੱਛਾ ਅੱਜ ਆ ਰਹੀ ਹੈ ਮਤਲਬ ਬਾਰੀ ਬੱਚੀ ਕਰਨਗੇ ਸੀ ਬਾਰੀ ਬੱਚੀ ਕਰਨਗੇ ਸੀ ਖੱਟ ਕੇ ਲਿਆਂਦਾ ਗਹਿਣਾ ਲੋ ਜੀ ਤੁਝੇ ਆਦ ਨ ਮੇਰੀ ਆਈ ਕਿਸੇ ਕਾ ਅਬ ਕਿਆ ਕਹਿਣਾ ਸਾਨੂੰ ਤਾਂ ਪੁੱਤਰ ਬਹੁਤ ਯਾਦ ਆਈ ਹੈ ਤੈਨੂੰ ਘੱਟ ਆਈ ਹੈ ਮੈਨੂੰ ਲੱਗਦਾ ਸਿਰ ਮੈਂ ਵੀ ਬਹੁਤ ਮਿਸ ਕੀਤਾ ਤੁਹਾਨੂੰ ਵਾ 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 ਇੰਨਾ ਮਿਸ ਕੀਤਾ ਕਿ ਆਂਦੇ ਹੀ ਅਕਲ ਭੁੱਲ ਗਈ ਕਿ ਆਂਦੇ ਸਾਹ ਬਹਾਦਰ ਨੂੰ ਆ ਕੇ ਸਭ ਤੋਂ ਪਹਿਲਾਂ ਜੈ ਹਿੰਦ ਕਹੀਦਾ ਇਹ ਵੀ ਭੁੱਲ ਗਈ ਸਰ ਮੈਂ ਹੁਣ ਕਿੱਦੇ ਕੋਟੇ ਦੇ ਵਿੱਚ ਭਰਤੀ ਹੋਈ ਹਾਂ ਨਾ ਸੌਰੀ ਸਰ ਵਾਹ ਜੀ ਵਾਹ ਕਿੱਦੇ ਕੋਟੇ ਭਰਤੀ ਹੋਏ ਫਿਰ ਘੜਾ ਮਾਰੇਂਗੇ ਦੰਦਾਂ ਨਾਲ ਚੁੱਕ ਕੇ ਮੇਰੇ ਜਾਂ ਪਰਾਤ ਤੇ ਨੱਚਣਾ ਸ਼ੁਰੂ ਕਰ ਦੇਂਗੇ ਜੈ ਹਿੰਦ ਤੇ ਜੈ ਹਿੰਦ ਬਣਦੀ ਆ ਹਾਂਜੀ ਸਰ ਜੈ ਹਿੰਦ ਸਰ ਆ ਗਈ ਆ ਤੂੰ ਕਿੰਨੇ ਦਿਨਾਂ ਬਾਅਦ ਆਈ ਆ ਇਹ ਸਰ ਤੂੰ ਕੀ ਦੱਸਣ ਦੀ ਤੂੰ ਤੇ ਭੈਣ ਆ ਤੂੰ ਤੇ ਫਿਰ ਵੀ ਉਹਦੇ ਲਈ ਕਰੇਂਗੀ ਕੁਛ ਨਾ ਕੁਛ ਮੈਡਮ ਜੀ ਮੈਨੂੰ ਵੀ ਕੁਛ ਕਹਿ ਦੋ ਹਾਂਜੀ ਨੇ ਕਿੱਦਾਂ ਵਧੀਆ ਸਤਿ ਸ੍ਰੀ ਅਕਾਲ ਕੌਣ ਕਰੇਗਾ ਜੀ ਸਤਿ ਸ੍ਰੀ ਅਕਾਲ ਤੂੰ ਕਾਲ ਸੈਂਟਰ ਦਾ ਬੋਸ ਆ ਤੈਨੂੰ ਸਤਿ ਸ੍ਰੀ ਅਕਾਲ ਕਰਨੀ ਹੈ ਕਿੰਨੇ ਨਾਲ ਇਹਨੂੰ ਕੀ ਹਾਲ ਪੁੱਛਣ ਦੀ ਇਹਦੇ ਕਿ ਪਿੱਸੂ ਪੈ ਜਾਣੇ ਸੀ ਤੇਰੇ ਪਿੱਛੋਂ ਸਿੰਨੀ ਪਤਾ ਨਹੀਂ ਮੈਂ ਪੁੱਛਿਆ ਵੀ ਨਹੀਂ ਹਾਲ ਚਾਲ ਇੱਕ ਦਿਨ ਵੀ ਗੱਲ ਨਹੀਂ ਕੀਤੀ ਇਹਦੇ ਨਾਲ ਉਹ ਤੂੰ ਮੈਨੂੰ ਇੱਕ ਚੀਜ਼ ਦੱਸ ਹਾਂਜੀ ਅਸੀਂ ਭਰੋਸੇਮੰਦ ਸੂਤਰਾਂ ਤੋਂ ਪਤਾ ਕੀਤਾ ਹਾਂਜੀ ਕਿ ਇੱਥੇ ਜਿਹੜੀ ਤੂੰ ਛੁੱਟੀਆਂ ਲੈ ਕੇ ਗਈ ਸੀ ਕਿ 15 ਅਗਸਤ ਵਾਸਤੇ ਤੈਨੂੰ ਕੋਈ ਕਾਲ ਆਈ ਆ ਬਾਹਰੋਂ ਤੇ ਤੂੰ ਉੱਥੇ ਤਿਆਰੀ ਕਰਨ ਜਾਣਾ ਹੈ ਹਾਂਜੀ ਹਾਂਜੀ ਤੇ ਬਾਅਦ 'ਚ ਸਾਨੂੰ ਕੁਝ ਹੋਰ ਪਤਾ ਲੱਗਾ ਦੱਸੋ ਇਹ ਚੱਕਰ ਕੀ ਪਹਿਲੇ ਤਾਂ ਸਾਰੇ ਦਰਸ਼ਕਾਂ ਨੂੰ ਕਲੀਅਰ ਕਰ ਕਿਉਂਕਿ ਦਰਸ਼ਕਾਂ ਨੇ ਤੈਨੂੰ ਬਹੁਤ ਮਿਸ ਕੀਤਾ ਸਰ ਉਹ ਮੇਰਾ ਨਾ ਵੀਜ਼ਾ ਲੱਗ ਗਿਆ ਸੀ ਕੀ ਲੱਗ ਗਿਆ ਸੀ ਵੀਜ਼ਾ ਲੱਗ ਗਿਆ ਪੁੱਤਰ ਤੁਹਾਡੀ ਕਦੇ ਤੇਰੇ ਪਿਓ ਦੀ ਕਮੀਜ਼ ਦੀ ਤੇ ਜੇਬ ਕਦੀ ਨਹੀਂ ਲੱਗੀ ਤੁਹਾਡਾ ਵੀਜ਼ਾ ਕਿੱਦਾਂ ਲੱਗ ਗਿਆ ਸਿਰ ਪੀਜੇ ਨਾਲ ਹੈ ਸਿਰ ਮੈਂ ਖਾਦਾ ਪੀਜ਼ਾ ਉੱਤੇ ਨਿਕਲਿਆ ਵੀਜ਼ਾ ਹਾਂ ਪੀਜੇ ਚੋਂ ਪੀਜ਼ਾ ਨਿਕਲਿਆ ਹਾਂਜੀ ਸਰ ਆਫਰ ਬੇਟਾ ਡਿਟੇਲ ਚ ਦੱਸ ਕੀ ਕੀਤਾ ਤੂੰ ਹਾਂ ਸਰ ਆਫਰ ਨਿਕਲੀ ਸੀ ਪੀਜੇ ਚ ਵੀਜ਼ਾ
ਮੈਂ ਪੀਜ਼ਾ ਮੰਗਾਇਆ ਉਹਦੇ 'ਚ ਮੈਨੂੰ ਪਤਾ ਲੱਗਾ 15 ਦਿਨ ਦਾ ਟ੍ਰਿਪ ਨਿਕਲ ਗਿਆ ਮੈਂ ਕਿਹਾ ਫਿਰ ਘੁੰਮ ਕੇ ਆਉਂਦੀ ਹਾਂ ਇਕੱਲੀ ਇਕੱਲੀ ਅੱਛਾ ਅੱਛਾ ਟ੍ਰਿਪ ਇਹ ਨਿਕਲਿਆ ਮੈਡਮ ਦਾ ਪੁੱਤਰ ਤੂੰ ਵੀ ਟ੍ਰਿਪ 'ਚੋਂ ਨਿਕਲਿਆ ਮੈਨੂੰ ਲੱਗਦਾ ਨਹੀਂ ਕਿ ਤੂੰ ਆਮ ਕੋਈ ਜਾਂ ਲਾਟਰੀ ਲੂਟਰੀ ਨਿਕਲੀ ਹੈ ਤੇਰੀ ਕੋਈ ਪਲੈਨ ਤਾਂ ਨਹੀਂ ਹੋਇਆ ਤੇਰੇ ਬਾਰੇ ਘਰੇ ਆਪਣੇ ਵੀ ਦੋ ਪੀਜ਼ੇ ਮੰਗਾ ਲਓ ਕੀ ਪਤਾ ਆਪਣਾ ਵੀ ਨਿਕਲ ਜੇ ਜੀ ਟ੍ਰਿਪ ਤੂੰ ਪੁੱਤਰ ਮੈਨੂੰ ਪਤਾ ਟ੍ਰਿਪ ਦੀ ਵਜ੍ਹਾ ਨਾਲ ਜਿੱਦਾਂ ਤੇਰੀ ਕਿਸਮਤ ਟ੍ਰਿਪ ਤਾਂ ਨਹੀਂ ਨਿਕਲਣਾ ਪਰ 10-15 ਪੀਜ਼ੇ ਜ਼ਰੂਰ ਤੂੰ ਖਾ ਕੇ ਇੱਥੇ ਕੰਮ ਖਰਾਬ ਕਰੇਗਾ ਸਾਡਾ ਉਹ ਮੇਰੀ ਗੱਲ ਸੁਣ ਹਾਂਜੀ ਸਰ ਫਿਰ ਜੇ ਪੀਜ਼ੇ 'ਚੋਂ ਵੀਜ਼ਾ ਨਿਕਲਿਆ ਸੀ ਫਿਰ ਤੈਨੂੰ ਝੂਠ ਮਾਰ ਕੇ ਜਾਣ ਦੀ ਕੀ ਲੋੜ ਸੀ ਕਿ ਹਾਂ ਵੀ 15 ਅਗਸਤ 'ਤੇ ਚੱਲੀ ਹੈ ਇੱਥੇ ਟੈਨਸ਼ਨ ਪੈ ਗਈ ਸਾਰਿਆਂ ਨੂੰ ਕੰਪਨੀਆਂ ਨੇ ਰੂਲ ਲਿਖਤੇ ਹੋਣੇ ਨਾ ਉੱਤੇ ਕਿ ਕਿਸੇ ਨੂੰ ਦੱਸਿਓ ਨਾ ਹਾਂਜੀ ਸਰ ਚੱਕਰ ਤੇ ਦਾ ਕਿੱਥੋਂ ਦਾ ਸੀ ਇਹ ਤੇਰਾ ਟੂਰ ਅਮਰੀਕਾ ਜਾ ਕੇ ਹੀ ਮੈਂ ਸੁਣਿਆ ਹਾਂਜੀ ਸਰ ਮੈਂ ਉਹਦੇ ਵਿੱਚ ਸਾਡੀ ਤੇਰੀ ਜਿਹੜੀ ਸੱਸ ਹੈ ਹਾਂਜੀ ਉਹਨਾਂ ਨੇ ਵੀ ਫੋਨ ਕੀਤਾ ਹੋਇਆ ਸਾਨੂੰ ਮੈਂ ਮਿਲ ਕੇ ਆਈ ਸਰ ਉਹਨਾਂ ਨੂੰ ਉਹਨਾਂ ਨੇ ਦੱਸਿਆ ਸਾਨੂੰ ਕਿ ਤੂੰ ਉੱਥੇ ਆਈ ਹੋਈ ਹੈ ਹਾਂਜੀ ਸਰ ਤਾਂ ਹੀ ਹੈਰਾਨੀ ਹੋਈ ਸਾਨੂੰ ਕਿ ਗਈ ਕਿਤੇ ਹੀ ਤੇ ਗਈ ਚੱਲ ਕਿੱਧਰ ਨੂੰ ਗਈ ਹੈ ਸਰ ਉਹਨਾਂ ਨੇ ਬੁਲਾਇਆ ਸੀ ਵੈਸੇ ਘੁੰਮਣ ਵਾਸਤੇ ਕਹਿੰਦੇ ਇੱਥੇ ਵੀ ਘੁੰਮ ਜਾ ਲੱਗ ਗਈ ਸੀ ਸਰ ਉੱਥੇ ਨਾਲ ਦਾ ਮੱਲਾ ਸੀਗਾ ਨਾਲ ਸਰ ਹੈ ਜਿੱਥੇ ਗਈ ਸੀ ਨਾ ਉੱਥੇ ਨਾਲ ਦਾ ਮੱਲਾ ਸੀ ਸਰ ਪੁੱਤਰ ਇਹ ਕਿਹੜੀ ਜਗ੍ਹਾ ਦਾ ਨਾਮ ਅਮਰੀਕਾ ਰੱਖ ਲਿਆ ਜਿੱਥੇ ਮੱਲੇ ਵੰਡ ਆਈ ਹੈ ਤੂੰ ਸਰ ਉਹਦਾ ਨਾਮ ਹੀ ਅਮਰੀਕਾ ਕੈਨੇਡਾ ਦੇ ਨਾਲ ਦਾ ਜਿਹੜਾ ਪਿੰਡ ਹੈ ਸਰ ਅਮਰੀਕਾ ਪੁੱਤਰ ਜਿਹੜਾ ਕੈਨੇਡਾ ਦਾ ਸਲਮ ਏਰੀਆ ਨਾ ਹਾਂਜੀ ਸਰ ਉੱਥੇ ਤੇਰੇ ਵਰਗੀਆਂ ਬਿੱਲੀਆਂ ਫਿਰਦੀਆਂ ਹੁੰਦੀਆਂ ਪਤਾ ਤੈਨੂੰ ਲਓ ਜੀ ਬੇਟਾ ਬਸ ਅੰਤ ਹੋ ਗਿਆ ਇਸ ਗੱਲ ਦਾ ਖਤਮ ਕਰ ਦੇ ਇਸ ਗੱਲ ਨੂੰ ਕਿਉਂ ਹਜੇ ਵੀ ਰਹਿੰਦੀਆਂ ਤੇਰੇ ਅੰਦਰ ਬਿੱਲੀਆਂ ਥੋੜੀਆਂ ਵਾਪਸ ਹਜੇ ਮੁੱਕੀਆਂ ਨਹੀਂ ਥੋੜੀਆਂ ਜੀ ਕੁੱਤੇ ਵੀ ਰਹਿ ਗਏ ਹੋਣੇ ਸੁਨਾਲਾ ਜਿਹੜੇ ਹੈਗੀ ਜਾ ਚਾਰ ਕੋਣਾਂ ਦੀ ਬਾਜਾਂ ਰਹਿੰਦੀਆਂ ਉਹ ਵੀ ਕਰ ਲਾ ਪੂਰੀਆਂ ਇਹ ਸਾਰਾ ਕੁਝ ਉੱਥੇ ਹੀ ਛੱਡ ਆਉਣਾ ਸੀ ਛੱਡ ਕੇ ਹੀ ਮਰ ਪੁੱਤਰ ਜੇ ਛੱਡ ਆਂਦਾ ਵਿੱਚ ਰਹਿਣਾ ਕੀ ਹੀ ਬਾਕੀ ਮੇਰੇ 'ਚ ਜੋ ਹੈ ਮੈਂ ਨਿਕਾਲ ਦਈਆ ਤੇ ਮੁਝ ਮੇਰਾ ਆ ਕਿਆ ਬਾਕੀ ਪੁੱਤਰ ਸਮਝਦੇ ਹੁੰਦੀ ਗੱਲ ਚੱਲ ਠੀਕ ਆ ਦੇਖ ਲਵ ਯੂ ਸਾਨੂੰ ਤੇਰੇ ਆਉਣ ਦੀ ਖੁਸ਼ੀ ਤੇ ਚਲੋ ਬਹੁਤ ਜ਼ਿਆਦਾ ਤੇ ਨਹੀਂ ਹੋਈ ਡੱਬਾ ਮੰਗਾ ਲਓ ਜੀ ਓਏ ਓਏ ਕਿਉਂ ਬੋਲਣ ਦਿਆ ਵਾਰ ਵਾਰ ਵਿੱਚ ਓਏ ਕਿਹੜਾ ਡੱਬਾ ਮੰਗਾ ਲਾ ਉਹ ਪਿਆ ਹੀ ਬਾਥਰੂਮ 'ਚ ਲੈ ਜਾ ਨਾਲਾ ਉਹਦੇ ਨਾਲ ਡੱਬਾ ਮੰਗਾ ਲਓ ਡੱਬਾ ਮੰਗਾ ਲਓ ਡੱਬਾ ਮੰਗਾ ਲਓ ਮੈਡਮ ਆਈ ਆ ਜੀ ਮਿੱਠਾ ਮੂੰਹ ਤੇ ਉਹਨੂੰ ਕਹਿ ਜਿਹੜੀ ਅਮਰੀਕਾ ਤੋਂ ਆਈ ਹੈ ਮੈਂ ਕੀ ਮੇਰੇ ਲਈ ਕੀ ਲੈ ਕੇ ਆਈ ਹੈ ਜਿਹੜਾ ਮੈਂ ਉਹਨੂੰ ਡੱਬਾ ਮੰਗਾ ਦਿਆਂ ਤੁਹਾਡੇ ਲਈ ਕੀ ਮੈਂ ਪਹਿਲਾਂ ਆਪਣੇ ਲਈ ਪੁੱਛ ਲਾਂ ਮੇਰੇ ਲਈ ਕੀ ਲੈ ਕੇ ਆਈ ਲਾਂਤਾ ਲੈ ਪੁੱਤਰ ਟਾਈਮ ਕੱਢ ਕੇ ਲਈ ਹੁਣ ਸਾਰੀਆਂ ਕੱਲੀ ਕੱਲੀ ਲਈ ਨਾ ਲਾਂਤਾ ਹਾਂ ਮੈਂ ਕਹਿ ਰਿਹਾ ਸੀ ਤੇਰੇ ਜਾਣ ਦੀ ਆਉਣ ਦੀ ਖੁਸ਼ੀ ਤੇ ਸਾਨੂੰ ਚਲੋ ਕਿਤੇ ਨਾ ਕਿਤੇ ਤੇ ਥੋੜ੍ਹੀ ਬਹੁਤ ਨਹੀਂ ਹੈ ਪਰ ਇਹਦੇ ਜਾਣ ਦਾ ਸਾਨੂੰ ਪੂਰਾ ਦੁੱਖ ਹੈ ਬਈ ਮਤਲਬ ਲਵ ਯੂ ਟੂ ਤੇਰੇ ਲਈ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੀ ਤੂੰ ਇੱਥੇ ਆ ਕੇ ਡਿਊਟੀ ਕੀਤੀ ਹੈ ਇਹਦੇ ਬਿਹਾਫ 'ਤੇ ਉਹ ਸਾਨੂੰ ਅੱਛੀ ਲੱਗੀ ਬਈ ਤੂੰ ਮਤਲਬ ਕੋਈ ਐਸੀ ਗੱਲ ਨਹੀਂ ਤੂੰ ਇਹਦੇ ਤੋਂ ਜ਼ਿਆਦਾ ਸਿੰਸੀਅਰ ਆ ਤੂੰ ਜ਼ਿਆਦਾ ਵਧੀਆ ਹੈਗੀ ਹੈ ਤੂੰ ਸਾਰਾ ਕੁਛ ਅੱਛਾ ਹੈ ਬਸ ਤੇਰੇ ਮੂੰਹ ਨਹੀਂ ਚੰਗਾ ਇਹਦੇ 'ਤੇ ਮੂੰਹ ਥੋੜ੍ਹਾ ਜਿਹਾ ਇਹਦਾ ਠੀਕ ਲੱਗਦਾ ਸਾਨੂੰ ਮੇਰੇ ਮੂੰਹ ਨੂੰ ਕੀ ਹੋ ਗਿਆ ਲੱਕੜ ਕੱਚੀ ਨਿਕਲੀ ਕੀ ਪੁੱਤਰ ਮੈਨੂੰ ਲੱਗਦਾ ਉਹੀ ਕੱਚੀ ਲੱਕੜ ਖਾ ਬੈਠੀ ਹੈ ਤਾਂ ਤੁਹਾਡੇ ਮੂੰਹ ਵਿਗੜੇ ਹੈ ਸਰ ਦੀਦੀ ਦੇਖੋ ਵੈਸੇ ਤੁਸੀਂ ਇੱਕ ਨੋਟਿਸ ਕੀਤੀ ਗੱਲ ਕੀ ਦੀਦੀ ਕਿੰਨੇ ਸੋਹਣੇ ਹੋ ਗਏ ਨਾ ਪਹਿਲਾਂ ਨਾਲੋਂ ਬਾਹਰੋਂ ਆਏ ਨਾ ਲੱਕੜ ਕੱਚੀ ਨਿਕਲੀ ਉਹ ਜਿਹੜੀ ਬੱਚੀ ਹੋਣੀ ਹੈ ਲੱਕੜ ਕੱਚੀ ਹੋਏ ਵੀ ਖਾ ਨਹੀਂ ਹੋਣੀ ਕਿਹੜੀ ਲੱਕੜ ਨਿਕਲੀ ਕੱਚੀ ਵੈਸੇ ਅਸੀਂ ਬੈੱਡ ਨਹੀਂ ਬਣਾਇਆ ਸੀ ਦੀਦੀ ਤੁਹਾਡੇ ਜਾਣ ਮਗਰ ਉਹ ਬੈੱਡ ਦੀ ਲੱਕੜ ਕੱਚੀ ਨਿਕਲੀ ਟੁੱਟ ਗਿਆ ਬੈੱਡ ਤੇ ਜਦੋਂ ਬਣਵਾਏ ਉਦੋਂ ਨਹੀਂ ਪਤਾ ਲੱਗਾ ਕਿ ਲੱਕੜ ਬਾਅਦ 'ਚ ਬੈੱਡ ਟੁੱਟਿਆ ਤਾਂ ਫਿਰ ਪਤਾ ਲੱਗਾ ਲੱਕੜ ਕੱਚੀ ਨਿਕਲੀ ਲੱਕੜ ਸਸਤੀ ਜਿਹੜੇ ਮਿਸਤਰੀ ਸੀਗੇ ਉਹ ਗੰਦੇ ਸੀਗੇ ਉਹਨਾਂ ਨੇ ਕੱਚੀ ਲੱਕੜ ਲਾਤੀ ਮੈਨੂੰ ਕਹਿੰਦੇ ਵੀ ਪੱਕੀ ਹੈ ਕੱਚੀ ਨਿਕਲੀ ਬੇਟਾ ਸੈਕਿੰਡ ਹੈਂਡ ਕੁਹਾੜੀ ਵਰਗਾ ਮੂੰਹ ਹੈ ਤੇਰਾ ਤੇ ਲੱਕੜ ਕੱਚੀ ਨਿਕਲੀ ਲੱਕੜ ਕੱਚੀ ਨਿਕਲੀ ਕਿਉਂ ਦਿਮਾਗ ਖਰਾਬ ਕੀਤਾ ਤੂੰ ਸਰ ਹਾਂ ਸਾਡੇ ਕੋਲੇ ਕੁਹਾੜੀ ਸੀ ਉਹ ਵੀ ਟੁੱਟ ਗਈ ਉਹਦੀ ਵੀ ਲੱਕੜ ਕੱਚੀ ਨਿਕਲੀ ਤੇ ਫਿਰ ਲੋਏ ਲੋਏ ਨਾਲ ਕੁੱਟ ਲੈਣੀ ਸੀ ਲੱਕੜ ਕੱਚੀ ਨਿਕਲੀ ਓਏ ਕੀ ਹੈ ਉਹ ਤੇਰੀ ਭੈਣ ਇਹਨੂੰ ਇਹ ਤੂੰ ਬੋਲੀਆਂ ਨਹੀਂ ਛੱਡਦੀ ਇੱਕ ਰੋਜ਼ ਦਾ ਰੋਜ਼ ਤਕੀਆ ਕਲਾਮ ਲੈਂਦੀ ਹੈ ਤੁਹਾਡਾ ਹੈ ਕੀ ਸਿਸਟਮ ਸਰ ਬੋਲੀ ਤੋਂ ਯਾਦ ਹੈ ਮੈਨੂੰ ਵੀ ਬੋਲੀ ਯਾਦ ਆ ਗਈ ਨਹੀਂ ਹੁਣ ਤੇਰੀ ਨਹੀਂ ਸੁਣਾਂਗੇ ਉਹਦੀ ਸੁਣਾ ਲੈਂਦੇ ਜਿਹਨੂੰ ਲੋਕ ਵੇਟ ਕਰ ਰਹੇ ਸੁਣਾ ਵੀ ਬੋਲੀ ਕੋਈ ਚੰਗੀ ਜੀ ਪਹਿਲੇ ਤੇ ਆਪਣੇ ਦਰਸ਼ਕਾਂ ਨੂੰ ਮਿਲ ਸਾਰਿਆਂ ਨੂੰ ਪਿਆਰ ਨਾਲ ਸਤਿ ਸ੍ਰੀ ਅਕਾਲ ਕਹਿ ਔਰ ਉਹਨਾਂ ਨੂੰ ਦੱਸ ਕਿ ਮੈਂ ਆ ਗਈ ਹਾਂ ਤੇ ਪਿਆਰ ਨਾਲ ਗੱਲ ਕਰਕੇ ਤੇ ਇੱਕ ਬੋਲੀ ਸੁਣਾ ਕੇ ਸਾਰਿਆਂ ਦਾ ਉਹ ਕਰ ਦੇ ਖਰਾਬ ਮਨ ਚਲੋ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਤੁਹਾਨੂੰ ਸਰ ਕਿੰਨਾ ਹੀ ਮਿਸ ਕੀਤਾ ਜੀ ਇਹਨਾਂ 15 ਦਿਨਾਂ ਦੇ ਵਿੱਚ ਤੇ ਹੁਣ ਮੈਂ ਵਾਪਸ ਆ ਗਈ ਹਾਂ ਹੁਣ ਹਾਂਜੀ ਇਹ ਤਾਂ ਸਾਰੀ ਗੱਲ ਮੈਂ ਕਹੀ ਹਾਂਜੀ ਮੈਂ ਬੋਲੀ ਫਿਰ ਉਹੀ ਆਪਣੇ ਲੋ ਕੋਈ ਸ਼ਬਦ ਨਾ ਜੁੜਿਆ ਤੈਨੂੰ ਆਵਾਜ਼ ਹੀ ਕੱਢ ਲੈਣੀ ਕੁੱਤੇ ਦੀ ਵਿੱਚ ਜਿੰਗਾ ਲਾਲਾ ਹੂ ਹਾਂ ਇਹ ਸਰ ਮੇਰਾ ਸ਼ਬਦ ਹੈ ਜਿੰਗਾ ਲਾਲਾ ਹੂ ਵਾਹ ਵਾਹ ਉਹੀ ਗੱਲ ਹੈ ਹਾਂਜੀ ਸਰ ਸੁਣੋ ਫਿਰ ਬੋਲੀ ਸੁਣੋ ਬਾਰੀ ਬਰਸੀ ਕਰਨ ਕਿਸੀ ਬਾਰੀ ਬਰਸੀ ਕਰਨ ਕਿਸੀ ਖੱਟ ਕੇ ਲੈਂਦੀ ਆਂਡਿਆਂ ਦੀ ਭੁਰਜੀ ਉਹ ਮੈਂ ਖਾ ਗਈ ਖਾ ਗਈ ਪਤਾ ਹੀ ਆ ਲੈ ਚੱਕ ਮੈਂ ਆ ਗਈ ਆ ਲੈ ਚੱਕ ਮੈਂ ਆ ਗਈ ਚੱਕ ਤਾਂ ਲੈਂਦੇ ਪੁੱਤਰ ਹੁਣ ਅਸੀਂ ਗੰਦ ਚੱਕਣਾ ਬੰਦ ਕਰਤਾ ਇਸ ਕਰਕੇ ਸੌਰੀ ਹੈ ਸਾਡੇ ਵੱਲੋਂ ਫਿਰ ਇਹਨੂੰ ਚੱਕ ਲਿਓ
ਜਨਾਬ ਕੀ ਪਤਾ ਪਤਾ ਮੈਨੂੰ ਫੋਨ ਆ ਰਿਹਾ ਸਾਰਿਆਂ ਦੇ ਫੋਨ ਆਣੇ ਅੱਜ ਮੈਂ ਦਰਸ਼ਕਾਂ ਨੂੰ ਦਰਅਸਲ ਦੱਸ ਦੇਣਾ ਚਾਹੁੰਦਾ ਸੀਗਾ ਕਿ ਬਈ ਇੱਕ ਵਾਰੀ ਪਤਾ ਲੱਗ ਜਾਵੇ ਕਿ ਇਹ ਆ ਗਈਆਂ ਨੇ ਹੁਣ ਦੋਨੋਂ ਹੁਣ ਕੀ ਤੇਰਾ ਲਵ ਯੂ ਟੂ ਕੀ ਕਰੀਏ ਸਮਝ ਨਹੀਂ ਆ ਰਹੀ ਸਰ ਦੀਦੀ ਨੂੰ ਪੁੱਛੋ ਤੈਨੂੰ ਫੇਅਰਵੈਲ ਪਾਰਟੀ ਦਈਏ ਫਿਰ ਸਰ ਦੋ ਹੈਂ ਫੇਅਰਵੈਲ ਪਾਰਟੀ ਮੈਨੂੰ ਦੋ ਦੋ ਨਹੀਂ ਪੁੱਤਰ ਮੈਂ ਤਾਂ ਇੱਕੋ ਪਾਰਟੀ ਦੀ ਗੱਲ ਕੀਤੀ ਤੂੰ ਦੋ ਤੇ ਹੋ ਗਈ ਫੇਅਰਵੈਲ ਪਾਰਟੀ ਇੱਕ ਵਾਰੀ ਦੇ ਦੋ ਕਰ ਲਓ ਜੀ ਪਾਰਟੀ ਕਰ ਲਓ ਦੋ ਫੇਰ ਦੋ ਕੀ ਹੋ ਗਿਆ ਤੈਨੂੰ ਤਾਂ ਮੈਨੂੰ ਜਾਂਦੇ ਸ਼ਗਨ ਪਾਓ ਹੈਂ ਜਾਂਦੇ ਮੈਨੂੰ ਸ਼ਗਨ ਪਾਓ ਲੱਕੜ ਕੱਚੀ ਨਿਕਲੀ ਕੱਚੀ ਲੱਕੜ ਰਹੀ ਨਾ ਵੇ ਮੈਂ ਸਜਣਾ ਅੱਜ ਤਾਂ ਮੈਨੂੰ ਲੱਗਦਾ ਪੁੱਤਰ ਨਾ ਭੈਣਾਂ ਦਾ ਦੇਣਾ ਅਸੀਂ ਤਾਂ ਚੱਲ ਚੱਲੀਏ ਫਿਰ ਇੱਥੋਂ ਚੱਲੀਏ ਕੱਚੀ ਲੱਕੜ ਤੂੰ ਤਾਂ ਤਿਆਰ ਹੀ ਰਹਿਣਾ ਮੇਰੇ ਨਾਲ ਰਹੀ ਨਾ ਵੇ ਮੈਂ ਸਜਣਾ ਜਦੋਂ ਦੀ ਤੇਰੇ ਲੜ ਲੱਗ ਗਈ ਹਾਏ ਵੇ ਇਹ ਨਾ ਗਾਇ ਕਰ ਜਦੋਂ ਦੀ ਤੇਰੇ ਲੜ ਲੱਗ ਗਈ ਤੂੰ ਕਹਿ ਜਦੋਂ ਦੀ ਮੈਂ ਲੜ ਪਈ ਕੱਚੀ ਲੱਕੜ ਬਣ ਗਈ ਉਦੋਂ ਦੀ ਮੈਂ ਇਹ ਇੱਦਾਂ ਗਾਇਆ ਕਰ ਹੁਣ ਫਿਰ ਤੂੰ ਅੱਛਾ ਮਤਲਬ ਤੂੰ ਕੱਲ੍ਹ ਤੋਂ ਨਹੀਂ ਆ ਰਹੀ ਚਲੋ ਠੀਕ ਹੈ ਜੀ ਦੀਦੀ ਨੂੰ ਪੁੱਛੋ ਦੀਦੀ ਕੋਈ ਜੁਗਤ ਲੜਾ ਦੇ ਪਤਾ ਨਹੀਂ ਕੀ ਹੋ ਸਕਦਾ ਨਹੀਂ ਸਰ ਇਹ ਖੁਸ਼ਖਬਰੀ ਮੇਰੇ ਕੋਲ ਵੀ ਹੈਗੀ ਆ ਤੇਰੇ ਕੋ ਹਾਂਜੀ ਸਰ ਤੇਰੇ ਕੋ ਵੀ ਖੁਸ਼ਖਬਰੀਆਂ ਲੱਗ ਗਈਆਂ ਤੇਰੇ ਮੂੰਹ ਚੋਂ ਤਾਂ ਬੈਡ ਨਿਊਜ਼ ਹੀ ਚੰਗੀ ਲੱਗਦੀ ਹੈ ਪਰ ਚਲੋ ਫਿਰ ਵੀ ਕੀ ਖੁਸ਼ਖਬਰੀ ਕਦੀ ਕਦੀ ਆਪੋਜ਼ਿਟ ਵੀ ਹੋਣਾ ਪੈਂਦਾ ਬੰਦੇ ਨੂੰ ਉਹ ਅੱਗੇ ਘੱਟ ਹੋਏ ਪਏ ਹੋ ਹਾਂਜੀ ਸੁਣੋ ਸਰ ਤੇ ਖੁਸ਼ਖਬਰੀ ਸ਼ੁਰੂ ਤੋਂ ਆਪੋਜ਼ਿਟ ਹੀ ਹੋ ਪੂਰਾ ਪੁੱਛੋ ਤਾਂ ਸਹੀ ਕਿ ਤੂੰ ਬਾਹਰ ਕਹਿ ਚਲੋ ਅੱਗੇ ਹਾਂਜੀ ਪਤਾ ਕੀ ਹੋਇਆ ਸਰ ਡੀਐਸਪੀ ਸਾਹਿਬ ਨੂੰ ਮੈਂ ਭੰਗੜੇ ਦਾ ਪ੍ਰੋਗਰਾਮ ਦਿੱਤਾ ਸੀ ਹਨਾ ਆਹੋ ਡੀਐਸਪੀ ਸਾਹਿਬ ਭੰਗੜੇ ਦਾ ਬਹੁਤ ਸ਼ੌਕੀਨ ਹੈਗੇ ਤੇ ਹੁਣ ਅੱਛਾ ਪ੍ਰੋਗਰਾਮ ਤੋਂ ਆਇਆ ਤੂੰ ਹੁਣ ਹਾਂਜੀ ਮੈਂ ਉਹਨਾਂ ਨੂੰ ਸ਼ੋਅ ਦਵਾਇਆ ਸੀਗਾ ਅੱਛਾ ਫੇਰ ਤੇ ਸਰ ਉਹ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਕਹਿੰਦੇ ਲਵ ਯੂ ਟੂ ਕਦੀ ਵੀ ਥਾਣੇ ਦੇ ਵਿੱਚ ਆ ਸਕਦੀ ਜਦੋਂ ਇਹਦਾ ਮਨ ਕਰੇ ਹਾਂ ਦੀਦੀ ਕਿ ਨਿੱਚੇ ਹੋ ਤੁਸੀਂ ਅੱਛਾ ਸੱਚੀ ਗੱਲ ਹੈ ਡੀਐਸਪੀ ਸਾਹਿਬ ਨੇ ਆਪ ਗਿਆ ਹਾਂਜੀ ਸਰ ਪਰ ਇੱਕ ਲੈਟਰ ਤਾਂ ਲੀਗਲ ਚਾਹੀਦਾ ਹੋ ਸਕਦਾ ਕਰ ਦੇਣ ਅੱਛਾ ਹਾਂ ਦੀਦੀ ਆਮ ਲੈ ਲਓ ਸ਼ਲਮ ਸ਼ਾਲੀ ਪੀਰ ਡਾਲੀ ਕਿੰਨੇ ਮਾਲੀ ਅੱਜ ਕੱਲ ਜ਼ਮਾਨਾ ਜਾਲੀ ਇੰਸਪੈਕਟਰ ਪਾਲੀ ਅੱਜ ਕੱਲ ਜ਼ਮਾਨਾ ਜਾਲੀ ਬਹੁਤ ਅੱਛੇ ਬਹੁਤ ਅੱਛੇ ਇਹ ਕੀ ਸੀਗਾ ਇਹ ਇਹ ਕੀ ਕਰਦੇ ਇਹ ਸਰ ਸਾਡੀਆਂ ਸਰ ਸਾਡੀਆਂ ਬਚਪਨ ਦੀਆਂ ਆਈਟਮਾਂ ਇਹ ਹੈ ਕੀ ਕਹਿੰਦੇ ਮਹੱਲੇ ਦੀਆਂ ਆਈਟਮਾਂ ਦੋਨੋਂ ਪੈਣਾ ਬਚਪਨ ਦੀਆਂ ਆਈਟਮਾਂ